ਮਿਲਾਹ ਰਹਿਮਾਨ ਰਹੀਮ ਅਸਲਾਮੁਅਲੈਕਮ ਦੇਖੋ ਸਾਡੇ ਮੋਮਨ ਕਿੰਨੋਂ ਦੇ ਬਾਗ ਜਿਹੜੇ ਆ ਨਾ ਫਾਰੂਗ ਹੋ ਗਏ ਆ ਤੜਵਾਈ ਹੋ ਗਈ ਹੈ ਤੇ ਹੁਣ ਸਾਡੀ ਜਿਹੜੀ ਹੈ ਨਾ ਜਲਦੀ ਦੇ ਨਾਲ ਫੁੱਟ ਫੁੱਰੀ ਆ ਔਰ ਜਿਹੜੀ ਡੋਡੀ ਹੈ ਨਾ ਕਲੀ ਇਹ ਕਲੀਆਂ ਨਿਕਲਦੀਆਂ ਪਈਆਂ ਆ ਅਗਰ ਤੁਸੀਂ ਚਾਹਦੇ ਆ ਨਾ ਕਿ ਅਸੀਂ ਅੱਛੀ ਪੈਦਾਵਾਰ ਲੈ ਲਈਏ ਤੇ ਫਿਰ ਸਭ ਤੋਂ ਪਹਿਲੇ ਇਹਦੀ ਸੋਕ ਦਾ ਅਮਲ ਤੇ ਸੋਕ ਦਾ ਟਾਈਮ ਤਕਰੀਬਨ ਹੁਣ ਲੰਘਦਾ ਜਾ ਰਿਹਾ ਵਾ ਕਿਉਂਕਿ ਹੁਣ ਇਹ ਨਵੀਂ ਜਿਹੜੀ ਹੈ ਨਾ ਫਰੂਟਿੰਗ ਨਵੀਂ ਫੋਟ ਔਰ ਨਵੀਂ ਕਲੀ ਜਿਹੜੀ ਹੈ ਇਹ ਲੱਗਦੀ ਪਈ ਹੈ ਤੇ ਇਹ ਮرحله ਤਾਂ ਤਕਰੀਬਨ ਹੁਣ ਗੁਜ਼ਰ ਗਿਆ ਵਾ ਤੇ ਮੁੱਢਾ ਨੂੰ ਨੀਲਾ ਥੋਥਾ ਔਰ ਚੂਨਾ ਦੋ ਮਿਕਸ ਕਰਕੇ ਨਾ ਇਹ ਲਾਜ਼ਮਨ ਮੁੱਢਾਂ ਦੇ ਵਿੱਚ ਜਿਹੜਾ ਹੈ ਨਾ ਇਸ ਨੂੰ ਥੋੜਾ ਜਿਹਾ ਇਹਦਾ ਪੇਂਟ ਕਰੋ ਥੱਲੇ ਮਾਰੋ ਇਹਦਾ ਇਹ ਫਾਇਦਾ ਹੋਏਗਾ ਕਿ ਥੱਲੋਂ ਜਿਹੜੀ ਕੋਈ ਫੰਗੀਸਾਈਡ ਦੀਆਂ ਬਿਮਾਰੀਆਂ ਫੰਗਸ ਵਗੈਰਾ ਵਾ ਜਾਂ ਕੋਈ ਵੀ ਕੀੜਾ ਮਕੋੜਾ ਵਾ ਉਹ ਉੱਪਰ ਨਹੀਂ ਚੜੇਗਾ ਔਰ ਪੌਦਾ ਸਾਡਾ ਜਿਹੜਾ ਨਾ ਉਹ ਸਰਸਬਜ਼ੁ ਸ਼ਿਦਾਬ ਰਹੇਗਾ ਤੇ ਦੂਸਰੇ ਦੇ ਨਾਲ ਨਾਲ ਜਿਹੜੀਆਂ ਸਪਰੇਆਂ ਹਨ ਉਹ ਵੀ ਬੜੀਆਂ ਆਹਮ ਸਪਰੇ ਦਾ ਹੁਣ ਮਰਹਲਾ ਜਿਹੜਾ ਹੈ ਨਾ ਇੱਕ ਤਾਂ ਫੋਟ ਜ਼ਿਆਦਾ ਹੋਏਗੀ ਕਲੀ ਔਰ ਡੋਡੀ ਜ਼ਿਆਦਾ ਲੱਗੂਗੀ ਤੇ ਇਹਦੇ ਵਿੱਚ ਤੁਸੀਂ ਥਾਇਓਫਨੇਟ ਜਿਹੜੀ ਹੈ ਨਾ ਇੱਕ ਤਾਂ ਇਸ ਨੂੰ ਲਾਜ਼ਮਨ ਕਰੋ ਥਾਇਓਫਨੇਟ ਮੈਥਲ 500 ਐਮਐਲ 500 ਲੀਟਰ ਪਾਣੀ ਤੇ ਇਹਦੇ ਵਿੱਚ ਤੁਸੀਂ ਬਾਈਫੈਂਥਰੀਨ ਤੇ ਕੋਲੋਥਾ ਡਿਨ ਕਿਉਂਕਿ ਤੇਲਾ ਔਰ ਸਿਟਰਸਿਲਾ ਔਰ ਲੀਫ ਮਾਈਨਰ ਇਹ ਜਿਹੜੀਆਂ ਬਿਮਾਰੀਆਂ ਹਨਾ ਹੁਣ ਇਹ ਬਹੁਤ ਜ਼ਿਆਦਾ ਹੋ ਗਈਆਂ ਵਾ ਤੇ ਇਹਦੇ ਬਚਾਓ ਆਸਤੇ ਤੁਸੀਂ ਥਾਇਓਫਨੇਟ ਮੈਥਾਈਲ 500 ਐਮ ਐਲ ਤੇ 400 ਐਮ ਐਲ ਬਾਈਫੈਂਥਰੀਨ ਤੇ ਕੋਲੋਥਾਡਿਨ ਇਹ ਤਿੰਨਾਂ ਜ਼ਹਿਰਾਂ ਨੂੰ ਮਿਲਾ ਕੇ ਤੁਸੀਂ ਤਕਰੀਬਨ 5 ਟੈਂਕੀਆਂ ਇੱਕ ਟੈਂਕੀ ਦੇ ਨਾਲ ਤੁਹਾਡੇ ਪੰਜ ਪੌਦੇ ਜਿਹੜੇ ਹਨਾ ਉਹ ਨਿਕਲ ਜਾਂਦੇ ਤੇ ਇਸ ਹਿਸਾਬ ਨਾਲ ਤੁਸੀਂ ਮਹਲੂਲ ਬਣਾ ਕੇ ਆਪ ਦੇ ਪੌਦਿਆਂ ਦੇ ਹਿਸਾਬ ਨਾਲ ਉਮਮਨ ਇੱਕ ਕਿੱਲੇ ਦੇ ਵਿੱਚ ਜੇਕਰ 24x24 ਹੋਈਏ ਤੇ ਫਿਰ 72 ਪੌਦੇ ਹੁੰਦੇ ਤੇ ਪੌਦਿਆਂ ਦੀ ਰੇਸ਼ੀਓ ਦੇ ਮੁਨਾਸਬ تناسب ਦੇ ਨਾਲ ਤੁਸੀਂ ਆਪਣੀ ਦਵਾਈ ਦਾ ਮਹਲੂਲ ਬਣਾ ਕੇ ਤੇ ਇਸ ਦਾ ਛਲਕਾਓ ਜਿਹੜਾ ਨਾ ਉਹ ਯਕੀਨੀ ਬਣਾਓ ਫਲਟ ਅੱਛੀ ਹੋਏਗੀ ਫਰੂਟਿੰਗ ਜ਼ਿਆਦਾ ਹੋਏਗੀ ਪੌਦਾ ਸਰਸਬਜ਼ੁਰ ਸ਼ਦਾਬ ਰਹੇਗਾ ਲੋ ਜੀ ਜਦੋਂ ਹੁਣ ਇਹ ਤਕਰੀਬਨ ਕਲੀ ਝੜ ਜਾਏਗੀ ਡੋਡੀ ਬਣ ਜਾਏਗੀ ਫਿਰ ਵੀ ਅਸੀਂ ਤੁਹਾਨੂੰ ਇਸ ਦਾ ਸਪਰੇਅ ਦੱਸਾਂਗੇ ਤੇ ਜਦੋਂ ਅਖਰੋਟ ਜਿੱਡਾ ਇਹ ਬਣ ਜਾਂਦਾ ਵਾ ਛੋਟਾ ਜਾਂ ਵੱਡਾ ਬਾਗੜ ਜਿੰਨਾ ਹੋ ਜਾਂਦਾ ਫਿਰ ਵੀ ਇਸ ਦੀ ਸਪਰੇਅ ਦੇ ਬਾਰੇ ਦੱਸਾਂਗੇ ਤੇ ਨੈਕਸਟ ਵੀਡੀਓ ਤੱਕ ਅਸੀਂ ਇਜਾਜ਼ਤ ਚਾਹੁੰਦੇ ਹਾਂ ਜੀ ਅੱਲਾਹ ਹਾਫਿਜ਼